ਪਾਲਣ ਦਾ ਕੰਮ ਛੱਡ ਕੇ ਅਤੇ ਟਰੈਕਟਰ ਵਗੈਰਾ ਲਏ ਸੀਗੇ, ਜਿਵੇਂ ਬੱਕਰੀਆਂ ਉੱਠ ਵੇਚੇ ਹੁੰਦੇ ਆ ਪੁਰਾਣੇ ਬਜ਼ੁਰਗਾਂ ਨੇ, ਅਤੇ ਉਹ ਟਰੈਕਟਰ 'ਤੇ ਆਏ ਸੀ ਉਦੋਂ, ਉਹ ਸਮਾਂ ਉੱਥੇ ਅੱਜ ਹੈ ਉਹਨਾਂ ਲੋਕਾਂ ਦਾ। ਇੰਨਾ ਮਤਲਬ 40 ਸਾਲ ਉਹ ਬੰਦੇ ਆਪਣੇ ਤੋਂ ਪਿੱਛੇ ਹੈ। ਪਰ ਮੇਰੇ ਕਈ ਮਨ 'ਚ ਸਵਾਲ ਵੀ MB ਸਾਹਿਬ ਜਿਵੇਂ ਆਉਂਦੇ ਆ ਉੱਥੇ ਮੈਂ ਜਾਂਦਾ ਹੈ, ਵੀ ਉਹ ਇੰਨੇ ਪਿੱਛੇ ਹੋਣ ਦੇ ਬਾਵਜੂਦ ਵੀ ਇੱਕ ਗੱਲ ਮੈਨੂੰ ਬੜੀ ਖੜਕਦੀ ਹੈ ਵੀ ਆਪਾਂ ਲੱਖਾਂ ਰੁਪਈਆ ਲਾ ਕੇ ਅਤੇ ਲੱਖਾਂ ਰੁਪਈਆ ਕਮਾਉਣ ਦੀ ਕੋਸ਼ਿਸ਼ ਕਰਦੇ ਹਾਂ, ਜਿਹੜੇ ਪੰਜਾਬ ਵਾਲੇ ਹੁੰਦੇ ਆ ਉਹਨਾਂ ਦੀ ਇੰਨੀ ਕੀ ਸੋਚ ਹੈ ਵੀ ਉਹ ਹਜ਼ਾਰਾਂ ਰੁਪਈਆ ਲਾ ਕੇ ਅਤੇ ਹਜ਼ਾਰਾਂ ਹੀ ਕਮਾਉਂਦੇ ਆ। ਮੇਰੇ ਹਿਸਾਬ ਨਾਲ ਇੱਥੇ ਵੀ ਇੱਕ ਬੜਾ ਫਰਕ ਹੈ ਵੀ ਆਪਾਂ ਉਹ ਆਪਣੇ ਨਾਲ ਸੌਖੇ ਹੈ ਇਸ ਗੱਲੋਂ। ਔਰ ਜਿਹੜਾ ਆਤਮ ਹੱਤਿਆ ਦੀ ਦਰ ਹੈ ਅੱਜ ਜਿਹੜਾ ਆਪਣੀ ਕਿਸਾਨੀ ਦੇ ਮਾੜੇ ਦੌਰ 'ਚੋਂ ਗੁਜ਼ਰ ਰਹੀ ਹੈ, ਬਹੁਤ ਹੀ ਆਪਣੇ ਜਿਹੜੇ ਕਿਸਾਨ ਭਰਾ ਹੈ ਬੜੇ ਇਹ ਕਹਿ ਸਕਦੇ ਬੜਾ ਮੰਦਾ ਦੌਰ ਹੈ ਜਿਹੜਾ ਇਹ ਅਖੀਰ ਥੱਕ ਹਾਰ ਕੇ ਬੰਦੇ ਖੁਦਕੁਸ਼ੀ ਦੇ ਰਾਹ ਪੈ ਜਾਂਦੇ ਹੈ। ਉੱਥੇ ਤੁਹਾਨੂੰ ਕੋਈ ਮੈਂ ਜਿਹੜੇ ਪਿੰਡਾਂ ਦੇ ਨੇੜੇ ਤੇੜੇ ਜਾਣਦਾ ਤੁਹਾਨੂੰ ਉੱਥੇ ਕੋਈ ਖੁਦਕੁਸ਼ੀ ਕਰਨ ਵਾਲਾ ਬੰਦਾ ਨਹੀਂ ਮਿਲੂਗਾ। ਇੱਕ ਗੱਲ ਇਹਦੇ 'ਚ ਮੈਨੂੰ ਲੱਗਦਾ ਵੀ ਸ਼ਾਇਦ ਕਿਤੇ ਨਾ ਕਿਤੇ ਆਪਾਂ ਗੁਨਾਹਗਾਰ ਹੈਗੇ ਹਾਂ, ਆਪਾਂ ਖੁਦ ਗੁਨਾਹਗਾਰ। ਦੂਸਰੀ ਗੱਲ ਮੈਂ ਇੱਥੇ ਕਰਨੀ ਚਾਹੁੰਦਾ ਵੀ ਉੱਥੇ ਜਿਹੜਾ ਪੋਸਟ ਜਾਂ ਫੀਮ ਦੀ ਰੋਜ਼ਗਾਰ ਹੁੰਦੀ ਹੈ, ਹੁਣ ਮੇਰੇ ਵੀਰ ਵੀ ਕਈ ਲੱਗੇ ਹੋਏ ਹੈ, ਬੜਾ ਉਹ ਜ਼ੋਰ ਲਾਉਂਦੇ ਹੈ ਵੀ ਆਪਾਂ ਨੂੰ ਖੇਤੀ ਦੀ ਅਲਾਓ ਕਰਨ ਸਰਕਾਰ ਕਰੇ, ਖਸਖਸ ਦੀ ਖੇਤੀ ਜਾਂ ਪੋਸਟ ਦੀ ਖੇਤੀ। ਉੱਥੇ ਇਹ ਪੈਦਾ ਹੁੰਦਾ MP ਦੇ ਵਿੱਚ ਪੈਦਾ ਹੁੰਦਾ, ਪਰ ਮੈਨੂੰ ਖਾਣ ਵਾਲਾ ਕੋਈ ਨਹੀਂ ਉੱਥੇ ਮਿਲਿਆ ਅੱਜ ਤੱਕ। ਇਹ ਕੀ ਕਾਰਨ ਹੈ ਵੀ ਆਪਣੇ ਸਾਰੇ ਲੋਕ ਖਾਂਦੇ ਹੈ? ਇਹ ਵੀ ਆਪਾਂ ਨੂੰ ਸੋਚਣ ਦੀ ਲੋੜ ਹੈ। ਦੂਸਰੀ ਗੱਲ ਜੀ, ਜਿਵੇਂ ਹੁਣ ਖੇਤੀ ਅਸੀਂ ਉੱਥੇ ਸ਼ੁਰੂ ਕੀਤੀ ਤਾਂ ਉਹ ਜਿਹੜੇ ਲੋਕ ਹੈ ਆਪਣੇ ਨਾਲ ਪਿੱਛੇ ਹੋਣ ਦੇ ਬਾਵਜੂਦ ਵੀ ਉੱਥੋਂ ਦੀਆਂ ਸਰਕਾਰਾਂ ਉਹਨਾਂ ਦੀ ਕੋਸ਼ਿਸ਼ ਹੈ ਵੀ ਅਸੀਂ ਕੁਛ ਨਾ ਕੁਛ ਨਵਾਂ ਕਰੀਏ, ਜਿਹੜਾ ਵੀ ਸਾਡੇ ਲੋਕ ਹੈ ਜਿਹੜੇ ਪੈਰਾਂ ਸਿਰ ਹੋ ਜਾਣ, ਥੋੜ੍ਹੇ ਜਿਹੇ ਇਹਨਾਂ ਦਾ ਜੀਵਨ ਪੱਧਰ ਉੱਚਾ ਹੋ ਜਾਏ। ਉਹਨਾਂ ਨੇ ਕੋਈ 5-7 ਸਾਲ ਪਹਿਲਾਂ ਇੱਕ ਜੈਤੂਨ ਦੀ ਖੇਤੀ ਸ਼ੁਰੂ ਕਰਾਈ ਜੀ ਡਾਕਟਰ ਸਾਹਿਬ, ਤਾਂ ਮੈਂ ਵੀ ਉੱਥੇ 7-8 ਵਿਘੇ ਜੈਤੂਨ ਲਾਇਆ। ਉਹਨਾਂ ਨੇ ਪਹਿਲੀ ਜਿਹੜੀ ਆਪਣੇ ਇੰਡੀਆ ਦੀ ਪਹਿਲੀ ਜੈਤੂਨ ਦਾ ਤੇਲ ਕੱਢਣ ਦੀ ਫੈਕਟਰੀ ਲੂਨਕਨ ਸਰ ਵਿੱਚ ਪਹਿਲਾਂ ਲਾਈ। ਇਜ਼ਰਾਈਲ ਕੰਟਰੀ ਹੈ ਜਿਹੜਾ ਆਪਾਂ ਨੂੰ ਪਤਾ ਹੈ ਬਿਲਕੁਲ ਟਿੱਬੇ ਆ ਉੱਥੇ, ਔਰ ਸਭ ਤੋਂ ਕਾਮਯਾਬ ਮੁਲਕ ਆ ਉਹ, ਬਿਲਕੁਲ ਟਿੱਬੇ ਹੋਣ ਦੇ ਬਾਵਜੂਦ ਵੀ ਹਰੇਕ ਤਰ੍ਹਾਂ ਨਾਲ ਉਹ, ਚਾਹੇ ਤਾਂ ਉਹ ਸੈਨਿਕ ਤੌਰ 'ਤੇ ਉਹਨਾਂ ਦੀ ਤਾਕਤ, ਚਾਹੇ ਇਕਾਨਮੀ ਤੌਰ 'ਤੇ, ਚਾਹੇ ਪੜ੍ਹਾਈ ਦੇ ਤੌਰ 'ਤੇ ਯਹੂਦੀ ਲੋਕ ਹੈ, ਔਰ ਸਭ ਤੋਂ ਵੱਧ ਉਹਨਾਂ ਨੇ ਜਿਹੜੇ ਨੋਬਲ ਪ੍ਰਾਈਜ਼ ਹੈ ਉਹ ਯਹੂਦੀਆਂ ਨੂੰ ਮਿਲੇ ਹੈ, ਸਭ ਤੋਂ ਮਾੜੇ ਏਰੀਏ 'ਚ ਰਹਿਣ ਦੇ ਬਾਵਜੂਦ ਵੀ, ਔਰ ਅੱਜ ਤੋਂ ਸਭ ਤੋਂ ਵੱਧ ਕਾਮਯਾਬ ਮੁਲਕ ਹੈ। ਆਪਾਂ ਤਾਂ ਕਿਹੋ ਜਿਹੀ ਗੁਰੂਆਂ ਦੀ ਦਿੱਤੀ ਹੋਈ ਧਰਤੀ ਬਖਸ਼ਿਸ਼ ਹੈ ਆਪਾਂ ਨੂੰ, ਐਡੇ ਚੰਗੇ ਥਾਂ 'ਤੇ ਰਹਿਣ ਦੇ ਵੀ ਆਪਾਂ ਬਾਵਜੂਦ ਵੀ ਅੱਜ ਆਪਾਂ ਫੇਲ ਹੋਏ ਪਏ ਹਾਂ। ਇਹ ਸੋਚਣਾ ਆਪਾਂ ਨੂੰ ਖੁਦ ਹੀ ਪੈਣਾ ਹੈ। ਸਰਕਾਰਾਂ ਨੂੰ ਬਾਹਲਾ ਆਪਾਂ ਦੋਸ਼ ਦੇਈਏ ਜਾਂ ਸਰਕਾਰਾਂ ਨਹੀਂ ਸੋਚੀ ਜਾਈਏ ਕੋਈ ਚੰਗੀ ਗੱਲ ਨਹੀਂ, ਆਪਾਂ ਆਪਦੇ ਬਾਰੇ ਸੋਚੀਏ ਵੀ ਆਪਾਂ ਕੀ ਕਰ ਸਕਦੇ ਹਾਂ, ਆਪਾਂ ਇਕੱਠੇ ਹੋ ਕੇ ਸਾਰੇ ਜਾਣੇ। ਤਾਂ ਉੱਥੇ ਉਹਨਾਂ ਨੇ ਪਹਿਲਾਂ 3-4 ਸਾਲ ਆਪਦੇ ਜਿਹੜੇ ਸਰਕਾਰੀ ਫਾਰਮ ਸੀ ਉੱਥੇ ਜੈਤੂਨ ਦਾ ਟ੍ਰਾਇਲ ਲਾਇਆ, ਉਹਦਾ ਪ੍ਰੋਡਕਸ਼ਨ ਵੇਖਿਆ ਵੀ ਇੱਥੇ ਕਿੰਨਾ ਆਉਂਦਾ, ਥੋੜ੍ਹਾ ਜਿਹਾ ਘੱਟ ਜ਼ਰੂਰ ਆਇਆ, ਪਰ ਇੱਕ ਉਹ ਬਦਲ ਉਹਨਾਂ ਨੂੰ ਲੱਗਿਆ ਵੀ ਇਹ ਹੋ ਸਕਦਾ, ਕਿਉਂਕਿ ਇੱਕ ਜਿਹੜਾ ਵਾਤਾਵਰਨ ਦਾ ਏਰੀਆ ਵਧਾਉਣ ਵਾਸਤੇ ਜਿਹੜਾ ਉਹਨਾਂ ਮਤਲਬ ਜੰਗਲਾਤ ਦਾ ਇਹ ਵੀ ਇੱਕ ਉਪਰਾਲਾ ਉਹਨਾਂ ਨੂੰ ਚੰਗਾ ਲੱਗਿਆ ਵੀ ਆਪਣੇ ਕਮ ਸੇ ਕਮ ਚਲੋ ਦਰੱਖਤ ਤਾਂ ਹੋਣਗੇ ਹੀ, ਆਮਦਨ ਬੇਸ਼ੱਕ ਘੱਟ ਆਊਗੀ ਪਰ ਬਰਾਨੀ ਆਮਦਨ ਨਾਲੋਂ ਚੰਗੀ ਹੋਜੂਗੀ। ਸੋ ਉਹਨਾਂ ਨੇ ਲੋਕਾਂ ਨੂੰ ਅਲਾਓ ਕੀਤਾ ਪਿਛਲੇ 2-3 ਸਾਲਾਂ 'ਚ ਉੱਥੇ ਬਹੁਤ ਸਾਰਾ ਜੈਤੂਨ ਲੱਗਿਆ। ਇੱਕ ਉਹ ਖਜੂਰ ਦੀ ਖੇਤੀ ਲੈ ਕੇ ਆਏ, ਉਹਨਾਂ ਨੂੰ ਲੱਗਿਆ ਵੀ ਇਹ ਵੀ ਕਾਮਯਾਬ ਹੋ ਸਕਦੀ ਹੈ। ਜਿਹੜੇ ਬੰਦਿਆਂ ਨੇ ਖਜੂਰ ਦੀ ਖੇਤੀ ਕੀਤੀ, ਕਈ ਬੰਦੇ ਤਾਂ ਆਪਣੇ ਰਹਿ ਆਪਾਂ ਤਾਂ ਕਿਨੂੰ ਵੀ ਪੱਟ ਕੇ ਭੱਜ ਗਏ ਸੀ, ਪਰ ਜਿਹੜੇ ਕਿਨੂੰ ਲਾਈ ਬੈਠੇ ਆ ਜੋ ਕਾਮਯਾਬ ਵੀ ਹੈਗੇ ਆ। ਇਸੇ ਤਰ੍ਹਾਂ ਖਜੂਰ ਦੀ ਖੇਤੀ ਉੱਥੇ ਕਾਮਯਾਬ ਹੋਈ, ਬੇਰਾਂ ਦੀ, ਅਨਾਰ, ਸੰਤਰਾ, ਉਹਨਾਂ ਨੇ ਵੇਖੋ ਨਾਗਪੁਰ ਦਾ ਸੰਤਰਾ ਫੇਲ ਕਰਤਾ, ਅੱਜ ਤੁਹਾਨੂੰ ਕੋਟਾ ਬੂੰਦੀ ਵਾਲੇ ਪਾਸੋਂ ਸਾਰਾ ਆਪਣੇ ਜਿਹੜਾ ਮਾਲਟਾ ਸੰਤਰਾ ਆਉਂਦਾ। ਸਬਜ਼ੀਆਂ ਦੇ ਰੂਪ 'ਚੋਂ ਬੰਦੇ ਕਾਮਯਾਬ ਹੋ ਗਏ, ਗਾਜਰ ਆਪਾਂ ਸਾਰੀ ਉਹਨਾਂ ਦੀ ਖਾਂਦੇ ਹਾਂ, ਸਾਰੀ ਸਬਜ਼ੀ ਉਹਨਾਂ ਦੀ ਆਪਣੇ ਕੋਲ ਇੱਥੇ ਆਉਂਦੀ ਹੈ। ਆਪਾਂ ਫੇਲ ਹੈ ਨਾ ਗੱਲਾਂ 'ਚ, ਉਹ ਗੱਲਾਂ ਅਸੀਂ ਵੀ ਡਾਕਟਰ ਸਾਹਿਬ ਜਦੋਂ ਉੱਥੇ ਟ੍ਰਾਇਲ ਕੀਤਾ ਤਾਂ ਅਸੀਂ 50 ਵਿਘੇ ਸਬਜ਼ੀ ਲਾਈ। ਮੈਂ ਹੁਣ ਆਪਣੀ ਤ੍ਰਾਸਦੀ ਦੀ ਪਾਸੇ ਆਉਣਾ ਵੀ ਜਿਹੜਾ ਕਿਸਾਨਾਂ ਨਾਲ ਹੁੰਦਾ ਕੀ ਹੈ ਅਖੀਰ 'ਤੇ। ਅਸੀਂ 50 ਵਿਘੇ ਸਬਜ਼ੀ ਲਾਈ, ਬਿਲਕੁਲ ਟਿੱਬੇ ਸੀ, ਕੁਛ ਵੀ ਨਹੀਂ ਸੀ ਉੱਥੇ, ਔਰ ਡ੍ਰਿਪ ਨਾਲ ਅਸੀਂ ਸਬਜ਼ੀ ਲਾਈ ਔਰ ਬੜੀ ਤਗੜੀ ਸਬਜ਼ੀ, ਔਰ ਪਿੰਡਾਂ ਦੇ ਪਿੰਡ ਉੱਥੇ ਵੇਖਣ ਆਇਆ ਕਰਨ ਵੀ ਇਹ ਬੰਦੇ ਕਿੱਥੋਂ ਆਏ, ਇਹਨਾਂ ਨੇ ਕੀ ਕੀਤਾ ਹੈ, ਉੱਥੇ ਸਬਜ਼ੀ ਨਹੀਂ ਕਦੇ ਲੱਗੀ ਸੀ। ਜੈਤੂਨ ਵੀ ਸਭ ਤੋਂ ਪਹਿਲਾਂ ਅਸੀਂ ਉੱਥੇ ਟ੍ਰਾਈਲ ਕੀਤਾ, ਸੁਹਾਂਜਣਾ ਅਸੀਂ ਕੀਤਾ, ਔਰ ਸਾਨੂੰ ਸਟੇਟ ਅਵਾਰਡ ਵੀ ਮਿਲਿਆ ਉੱਥੇ ਇਸ ਗੱਲ ਦਾ ਵੀ ਇਹਨਾਂ ਨੇ ਯਾਰ ਨਵਾਂ ਕੰਮ ਕੀਤਾ ਇੱਥੇ ਆ ਕੇ। ਸਬਜ਼ੀ ਜਦੋਂ ਅਸੀਂ ਤੋੜਨੀ ਸ਼ੁਰੂ ਕੀਤੀ 3 ਸਾਲ ਪਹਿਲਾਂ ਦੀ ਗੱਲ ਹੈ, ਔਰ ਬਹੁਤ ਜ਼ਿਆਦਾ ਉਦੋਂ ਭਾਅ ਸੀਗੇ। ਇੱਕ ਅਸੀਂ ਜਦੋਂ ਪਿਕਅਪ ਭਰਦੇ ਸੀ ਤਾਂ ਤਕਰੀਬਨ 30,000 ਦੇ ਨੇੜੇ ਤੇੜੇ ਸਾਨੂੰ ਵੱਟ ਲਿਆ ਕੇ ਦਿੰਦੇ ਸੀ। ਪਹਿਲੇ ਦਿਨ ਜਦੋਂ ਅਸੀਂ 4 ਗੱਡੀਆਂ ਉੱਥੋਂ ਭਰੀਆਂ 50 ਵਿਘਿਆਂ 'ਚੋਂ, ਤਕਰੀਬਨ ਤੁਸੀਂ ਲਾ ਲਓ ਸਾਹਿਬ ਵੀ 1.25 ਲੱਖ ਦੀ ਸਬਜ਼ੀ ਬਣਦੀ ਹੈ, ਔਰ ਰੋਜ਼ ਦੀ 1 ਲੱਖ ਰੁਪਏ ਦੀ ਪ੍ਰੋਡਕਸ਼ਨ ਅਸੀਂ ਸ਼ੁਰੂ ਕਰਤੀ ਸੀ। ਉਦੋਂ ਉੱਥੇ ਗੜੇ ਪਏ ਔਰ ਇੱਕ ਗਿੜ ਗਿੜ ਗੜੇ ਪਏ ਅਤੇ 2 ਦਿਨ ਗੜੇ ਉੱਥੋਂ ਚੱਕੇ ਨਹੀਂ ਗਏ, ਸਾਡੇ ਇੱਕ ਪੂਰਾ ਪਤਾ ਵੀ ਨਹੀਂ ਛੱਡਿਆ ਉਹਨੇ। ਇਹ ਆਪਣੀ ਤ੍ਰਾਸਦੀ, ਉੱਥੇ ਸਰਕਾਰ ਹੈ ਜਿਹੜੀ, ਫਿਰ ਉਹ ਸਰਕਾਰ ਜ਼ਿਮੀਂਦਾਰ ਦੇ ਨਾਲ ਨਹੀਂ ਖੜਦੀ,
ਠੀਕ ਹੈ ਜੀ। ਇਹ ਵੀ ਇੱਕ ਤ੍ਰਾਸਦੀ ਹੈ ਵੀ ਆਪਾਂ ਜਿਹੜਾ ਫੇਲੀਅਰ ਹੁੰਦਾ ਆਪਣਾ, ਜਦੋਂ ਕੋਈ ਤ੍ਰਾਸਦੀ ਆਉਂਦੀ ਹੈ ਕੋਈ ਕੁਦਰਤੀ ਮਾਰ ਪੈਂਦੀ ਹੈ ਤਾਂ ਉੱਥੇ ਕਿਸਾਨ ਵਾਸਤੇ ਕੋਈ ਸਿਕਿਉਰਟੀ ਹੈ ਨਹੀਂ ਗੀ। ਆਹ ਮੋਦੀ ਸਾਹਿਬ ਨੇ ਜ਼ਰੂਰ ਆਪਾਂ ਕਹੀ ਜਾਂਦੇ 4 ਸਾਲ ਹੋ ਗਏ ਵੀ ਅਸੀਂ ਉਹ ਇਹਨਾਂ ਦੀ ਜਿਹੜਾ ਬੀਮਾ ਕਰਾਂਗੇ, ਪਰ ਮੈਂ ਅੱਜ ਤੱਕ ਕਿਤੇ ਹੁੰਦਾ ਨਹੀਂ ਵੇਖਿਆ ਔਰ ਕਿਸੇ ਨੂੰ ਮਿਲਦਾ ਨਹੀਂ ਵੇਖਿਆ। ਸਾਡੇ ਇਹਨਾਂ ਦਾ ਬਹੁਤਾ ਸਾਨੂੰ 2,000 ਰੁਪਇਆ 3,000 ਰੁਪਇਆ ਵਿਘੇ ਦਾ ਮਿਲਿਆ ਉੱਥੇ। 2,000 3,000 ਤਾਂ ਤੁਸੀਂ ਸਮਝ ਲਾ ਲਓ ਵੀ ਉਹਦਾ ਕੀ ਬਣਨਾ ਸੀਗਾ, ਇਹ ਕਿਹ ਮਤਲਬ ਘਟਨਾ ਹੋਈ। ਹੁਣ ਮੈਂ ਇੱਕ ਥੋੜ੍ਹੀ ਜਿਹੀ ਜਾਣਕਾਰੀ ਹੋਰ ਦੇਣੀ ਚਾਹੁੰਦਾ, ਜਿਹੜਾ ਅਸੀਂ ਨਵਾਂ ਕੰਮ ਕੀਤਾ, ਅਸੀਂ ਸੁਹਾਂਜਣੇ ਵਾਲੇ ਪਾਸੇ ਆਏ। ਇੱਕ ਮੈਂ ਬੇਨਤੀ ਸਾਰੇ ਭਰਾਵਾਂ ਨੂੰ ਕਰਨੀ ਚਾਹੁੰਦਾ ਵੀ ਆਪਾਂ ਲਾਲਚ ਵੱਸ ਆ ਕੇ ਪਹਿਲਾਂ ਚੀਜ਼ ਜਿਹੜੀ ਲਾਉਣੀ ਆ ਪਹਿਲਾਂ ਉਹਦਾ 1,00,000 ਰੁਪਇਆ ਗੁਣਾ ਕਰਨ ਲੱਗ ਪੈਂਦੇ ਹਾਂ ਵੀ ਇੰਨੇ ਦਾ ਹੋਊਗਾ, ਇਹਨੂੰ ਅੰਬ ਲੱਗਣਗੇ, ਇਹਨੂੰ ਖਜੂਰਾਂ ਲੱਗਣਗੇ, ਇਹਨੂੰ ਫਲਾਣਾ ਲੱਗੂਗਾ। ਪਰ ਇੱਕ ਆਪਣਾ ਜਿਹੜਾ ਆਪਣੀ ਕੁਦਰਤੀ ਡਿਊਟੀ ਆ, ਆਪਣੀ ਸਮਾਜਿਕ ਡਿਊਟੀ ਆ, ਉਹ ਹਮੇਸ਼ਾ ਆਪਾਂ ਭੁੱਲਦੇ ਹਾਂ। ਜੇ ਆਪਾਂ ਕੋਈ ਦਰੱਖਤ ਲਾਵਾਂਗੇ ਉਹ ਆਪਣਾ ਵਾਤਾਵਰਨ ਤਾਂ ਸਾਫ਼ ਕਰੂਗਾ ਹੀ ਕਰੂਗਾ ਨਾ, ਇੰਨਾ ਸੋਚ ਕੇ ਹੀ ਲਾ ਲਿਆ ਕਰੋ, ਉਹਦਾ ਗਾਂਹ ਵਾਲੀਆਂ ਜਿਹੜੇ ਰਿਜ਼ਲਟ ਆ ਉਹ ਬਾਅਦ 'ਚ ਆਪਾਂ ਨੂੰ ਜਿੰਨੇ ਮਰਜ਼ੀ ਮਿਲ ਜਾਣ, ਉਹ ਵੱਖਰੀ ਗੱਲ ਹੈ। ਅਸੀਂ ਸੁਹਾਂਜਣਾ ਸ਼ੁਰੂ ਕੀਤਾ, ਇੱਕ ਅਸੀਂ ਐਨ ਜੀ ਓ ਵੀ ਚਲਾਉਂਦੇ ਹਾਂ, ਐਮ ਡੀ ਸਾਹਿਬ ਪਲਾਂਟ ਐਂਡ ਟ੍ਰੀ। ਜਦੋਂ ਮੈਂ ਇੱਥੋਂ ਬਠਿੰਡੇ ਸ਼ਿਫਟ ਕੀਤਾ ਬੱਚਿਆਂ ਦੀ ਪੜ੍ਹਾਈ ਦੀ ਖਾਤਰ, ਤਾਂ ਅਸੀਂ 4-5 ਜਣਿਆਂ ਨੇ ਫੈਸਲਾ ਕੀਤਾ, ਇੱਥੇ ਆਪਾਂ ਲੱਗੇ ਰਹਿੰਦੇ ਸੀ ਕੋਈ ਰਾਜਨੀਤਿਕ ਤੌਰ 'ਤੇ ਜਾਂ ਹੋਰ ਕੁਛ ਨਾ ਕੁਛ ਸਮਾਜਿਕ ਕੰਮ ਕਰਨ ਦੀ ਬੰਦੇ ਦੀ ਇੱਛਾ ਹੁੰਦੀ ਹੈ, ਬੰਦੇ ਦੀ ਇੱਕ ਸੋਚ ਹੈ ਹਰੇਕ ਬੰਦੇ ਦੀ। ਤਾਂ ਉੱਥੇ ਅਸੀਂ 4-5 ਜਣਿਆਂ ਨੇ ਫੈਸਲਾ ਕੀਤਾ ਵੀ ਹੁਣ ਇੱਥੇ ਸ਼ਹਿਰ 'ਚ ਕੀ ਕਰਿਆ ਕਰੀਏ, ਤਾਂ ਉਹ ਕਹਿੰਦੇ ਯਾਰ ਆਪਾਂ ਇੱਕ ਐਨ ਜੀ ਓ ਬਣਾ ਲਈਏ। ਅਸੀਂ ਉੱਥੇ ਪਲਾਂਟ ਐਂਟਰੀ ਐਨ ਜੀ ਓ ਬਣਾਇਆ, ਉਹਦੇ ਵਿੱਚ ਅਸੀਂ 5 ਜਣੇ ਸੀ, ਹੁਣ ਅਸੀਂ 70 ਜਣੇ ਹੈ। ਔਰ ਮੈਨੂੰ ਲੱਗਦਾ ਵੀ ਸਭ ਤੋਂ ਘੱਟ ਪੜ੍ਹਿਆ ਲਿਖਿਆ ਬੰਦਾ ਮੈਂ ਹੀ ਹਾਂ ਉਹਨਾਂ 'ਚ। ਕੋਈ ਉਹਦੇ 'ਚ SMO ਹੈ ਜੀ, ਕੋਈ ਉਹਦੇ 'ਚ ਜੱਜ ਹੈ, ਕੋਈ ਵਕੀਲ ਹੈ, ਕੋਈ ਉਹਦੇ 'ਚ SC ਹੈ, ਕੋਈ ਚੀਫ ਰਿਟਾਇਰ ਹੈ। ਇਸ ਤਰ੍ਹਾਂ ਦੇ ਬੰਦੇ ਅਸੀਂ ਇਕੱਠੇ ਕੀਤੇ। ਉਹ ਪੈਸਾ ਲਾ ਸਕਦੇ ਆ ਪਰ ਉਹ ਮਿਹਨਤ ਨਹੀਂ ਕਰ ਸਕਦੇ, ਮਿਹਨਤ ਕਰਨ ਨੂੰ ਸਾਡੇ ਵਰਗੇ ਵਿਹਲੇ ਬੰਦੇ ਬਹੁਤ ਹੈ। ਸੋ ਅਸੀਂ ਉੱਥੇ ਪਲਾਂਟੇਸ਼ਨ ਸ਼ੁਰੂ ਕੀਤੀ, ਜਿਵੇਂ ਹੁਣ ਯੂਨੀਵਰਸਿਟੀ 'ਚ ਅਸੀਂ ਮਹਾਰਾਜਾ ਰਣਜੀਤ ਸਿੰਘ ਯੂਨੀਵਰਸਿਟੀ ਹੈ, ਕੁੱਦੇ ਹੈ, ਉੱਥੇ 100-100 ਅੰਬ ਦੇ ਦਰੱਖਤ ਲਾ ਕੇ ਆਏ ਹੈ। ਗਰੀਬ ਬੱਚੇ ਚੂਜ਼ ਕਰ ਲਏ, ਉਹਨਾਂ ਨੂੰ ਪੜ੍ਹਾ ਲਿਆ, ਇਹ ਆਪਣੇ ਮਨ ਦੀ ਗੱਲ, ਆਪਦੇ ਪੈਸੇ ਪਾ ਕੇ ਅਸੀਂ ਸੁਹਾਂਜਣਾ ਅਸੀਂ ਚੁਣਿਆ ਵੀ ਆਪਾਂ ਨੂੰ ਸੁਹਾਂਜਣਾ ਲਾਉਣਾ ਚਾਹੀਦਾ। ਸੁਹਾਂਜਣੇ ਦੇ ਗੁਣਾਂ ਬਾਰੇ ਖੋਜ ਕੀਤੀ। ਹੁਣ ਆਪਣੇ ਆ ਮੇਰੇ ਨੌਜਵਾਨ ਵੀਰ ਆ, ਇਹਨਾਂ ਨੇ ਮਰਿੰਗਾ ਵੀ ਕਹਿ ਦਿੰਦੇ ਆ, ਸੁਹਾਂਜਣਾ ਵੀ ਕਹਿ ਦਿੰਦੇ ਨੇ, ਸ਼ਹਿਰ 'ਚ ਵੀ ਇਹਨਾਂ ਨੇ ਡਾਊਨਲੋਡ ਜਾਂ ਹੁਣ ਇੰਨੀਆਂ ਵੀਡੀਓਜ਼ ਆ ਗਈਆਂ ਸੁਣੀਆਂ ਹੋਣਗੀਆਂ। 4 ਸਾਲ ਪਹਿਲਾਂ ਅਸੀਂ ਇਹਦੇ 'ਚ ਲੱਗੇ ਸੀ ਤਾਂ ਰਾਜਸਥਾਨ ਵੀ ਮੈਂ 5 ਵਿਘੇ ਲਾਇਆ ਸੀ। ਇਹ ਬੂਟਾ ਜਿਹੜਾ ਆਪਣਾ ਪੁਰਾਣਾ ਦਰੱਖਤ ਹੈ, ਕਿਸੇ ਨੂੰ ਇਸ ਗੱਲ ਦਾ ਪਤਾ ਨਹੀਂ। ਮੇਰੇ ਬਾਪੂ ਜੀ ਸੀ ਸਰਦਾਰ ਮਹਿੰਦਰ ਸਿੰਘ ਬਰਾੜ, ਉਹ ਪਿੱਛੇ ਜੇ ਐਕਸਪਾਇਰ ਹੋ ਗਏ। ਮੈਨੂੰ ਉਹਨਾਂ ਨੂੰ ਖੇਤੀ ਦਾ ਬੜਾ ਸ਼ੌਂਕ ਸੀ। ਉਹ ਕਹਿੰਦੇ ਵੀ ਪੁੱਤ ਤੁਸੀਂ ਕੀ ਕਰੀ ਜਾਂਦੇ ਹੋ ਉੱਥੇ ਰਾਜਸਥਾਨ ਨੂੰ, ਰਜਾਵੜਦੇ ਹਾਂ 2-3 ਦਿਨਾਂ ਤੋਂ ਮੁੜਦਾ, ਫਿਰ ਹਫ਼ਤੇ ਨੂੰ ਉੱਧਰ ਟੱਪ ਜਾਂਦਾ, ਵੀ ਕੀ ਕਰਦੇ ਹਾਂ ਉੱਥੇ। ਮੈਂ ਕਿਹਾ ਬਾਪੂ ਜੀ ਅਸੀਂ ਸੁਹਾਂਜਣਾ ਬੂਟਾ ਇੱਕ ਉਹ ਲਾਈ ਜਾਂਦੇ ਹਾਂ ਜੀ। ਕਹਿੰਦੇ ਯਾਰ ਇਹ ਕੀ ਚੀਜ਼ ਹੁੰਦੀ ਹੈ। ਮੈਂ ਕਿਹਾ ਜੀ ਇਹਨੂੰ ਫਲੀਆਂ ਲੱਗਦੀਆਂ, ਸਾਨੂੰ ਵੀ ਨਵਾਂ ਹੀ ਪਤਾ ਲੱਗਿਆ, ਗੁਜਰਾਤ 'ਚ, ਤਮਿਲਨਾਡੂ 'ਚ, ਉੱਧਰ ਸਾਊਥ 'ਚ ਬਹੁਤ ਜ਼ਿਆਦਾ ਹੁੰਦਾ ਇਹ, ਅਤੇ ਫਲੀਆਂ ਵਿਕਦੀਆਂ ਵੀ ਹੈ, ਅਚਾਰ ਵੀ ਪੈਂਦਾ, ਤੇਲ ਵੀ ਨਿਕਲਦਾ ਇਹਦੇ ਬੀਜਾਂ ਦਾ। ਤਾਂ ਮੈਂ ਉਹਨੂੰ ਫੋਟੋ ਦਿਖਾਈ ਉਹਨਾਂ ਨੂੰ ਜੀ, ਜਦੋਂ ਲੰਬੀਆਂ ਲੰਬੀਆਂ ਫਲੀਆਂ ਉਹਨਾਂ ਨੇ ਵੇਖੀਆਂ ਤਾਂ ਯਾਰ ਇਹ ਤਾਂ ਆਪਣੇ ਝੰਡੂ ਵਾਲੇ ਲੱਗਿਆ ਹੁੰਦਾ ਸੀ, ਅਤੇ ਅਸੀਂ ਇਹਨੂੰ ਬਲਦਾਂ ਨੂੰ ਅਤੇ ਉੱਠਾਂ ਨੂੰ ਫਲੀਆਂ ਪਾਉਂਦੇ ਹੁੰਦੇ ਸੀ, ਸ਼ਾਇਦ ਬਜ਼ੁਰਗਾਂ ਨੂੰ ਧਿਆਨ 'ਚ ਹੋਵੇ। ਤਾਂ ਮੈਂ ਹੱਸਣ ਲੱਗ ਪਿਆ, ਮੈਂ ਬਾਪੂ ਜੀ ਆਪਾਂ ਤਾਂ ਫਿਰ ਬਲਦਾਂ ਨੂੰ ਅਤੇ ਉਹਨਾਂ ਨੂੰ ਪਾਉਣ ਜੋਗੇ ਰਹਿ ਗਏ, ਗਾਂਹ ਤਾਂ ਨਹੀਂ ਵਧੇ ਆਪਾਂ ਇਹ ਤੂੰ। ਕਹਿੰਦੇ ਯਾਰ ਪਤਾ ਹੀ ਨਹੀਂ ਸੀ ਕੁਛ। ਮੈਂ ਕਿਹਾ ਜੀ ਇਹਦੇ ਪੱਤੇ ਹੈ ਜਿਹੜੇ ਸੁਹਾਂਜਣੇ ਦੇ ਪੱਤੇ ਹੈ ਜੀ, ਜੇ ਆਪਾਂ ਹਰੇ ਸਿੱਧੇ ਖਾਣੇ ਚਾਹੀਏ, ਤੁਸੀਂ ਸਬਜ਼ੀ 'ਚ ਪਾ ਲਓ, ਪਰੌਂਠਿਆਂ 'ਚ ਪਾ ਕੇ ਖਾ ਲਓ, ਅਸੀਂ ਖੁਦ ਖਾਂਦੇ ਹਾਂ, ਚਟਨੀ ਬਣਾ ਲਓ ਉਹ, ਜਾਂ ਉਹਨਾਂ ਨੂੰ ਸੁਕਾ ਕੇ ਉਹਨਾਂ ਦਾ ਜੋ ਵੀ, ਮੈਂ ਤੁਹਾਨੂੰ ਇੱਕੋ ਗੱਲ 'ਚ ਜੇ ਨਿਬੇੜਾਂ, ਧਰਤੀ 'ਤੇ ਕੰਦ ਮੂਲ ਜੋ ਪੈਦਾ ਹੋਇਆ, ਫਲ ਫੁੱਲ ਸਬਜ਼ੀ, ਉਹਦੇ ਵਿੱਚ ਸਭ ਤੋਂ ਵੱਧ ਜਿਹੜਾ ਤਾਕਤਵਰ ਔਰ ਜਿਹਦੀ ਸਭ ਤੋਂ ਵੱਧ ਫੂਡ ਵੈਲਿਊ ਆ, ਉਹ ਸੁਹਾਂਜਣੇ ਦੇ ਪੱਤਿਆਂ ਦੀ ਹੈ। ਇੱਕ ਗੱਲ ਧਿਆਨ 'ਚ ਰੱਖ ਲਿਓ, ਇੱਕੇ ਗੱਲ 'ਚ ਨਿਬੜਦੀ ਹੈ ਵੀ ਤੁਸੀਂ ਚਾਹੇ ਅੰਬ ਖਾ ਲਓ ਚਾਹੇ ਸੇਬ ਖਾ ਲਓ, ਉਹਨਾਂ ਦਾ ਕਿਤੇ ਗੁਣਾ ਵੱਧ ਉਹਦੇ 'ਚ ਤਾਕਤ ਹੈ ਉਹਦੇ ਪੱਤਿਆਂ 'ਚ। ਅਤੇ ਕੀ ਆਪਾਂ 2-2 ਦਰੱਖਤ ਆਪਣੇ ਘਰ ਲਾ ਨਹੀਂ ਸਕਦੇ? ਸਾਨੂੰ 4 ਸਾਲ ਹੋ ਗਏ ਜੀ, ਮੇਰਾ ਡਰਾਈਵਰ ਆ ਉਹਨੂੰ ਮੈਂ ਉਹਦੇ ਕੋਲ ਆਟੋ ਆ ਵਿਚਾਰਾ, ਉਹ ਪਹਿਲਾਂ ਆਪਣੇ ਘਰ ਲਾਉਂਦਾ, ਫਿਰ ਉਹ ਵੰਡਣ ਜਾਂਦਾ, ਫਿਰ ਉਹ ਮੁੜ ਕੇ ਆਉਂਦਾ, ਕੋਈ ਬੰਦਾ ਉਪਰਾਲੇ ਨਹੀਂ ਕਰ ਰਿਹਾ। ਜੇ ਆਪਾਂ ਫ੍ਰੀ ਵੀ ਵੰਡਣ ਜਾਂਦੇ ਅਗਲੇ ਦੇ ਘਰ ਦੇਣ ਜਾਂਦੇ, ਅਗਲਾ ਯਾਰ ਪਤਾ ਨਹੀਂ ਇਹਨਾਂ ਨੇ ਲੈ ਕੇ ਜਾਣਾ, ਉਹ ਫਿਰ ਵੀ ਲਾਉਣ ਨੂੰ ਤਿਆਰ ਨਹੀਂ। ਜੇ ਆਪਾਂ ਸੁਹਾਂਜਣੇ ਦੇ ਬੂਟੇ ਲਾਉਣੇ ਆ, ਔਰ ਖਾਸ ਤੌਰ 'ਤੇ ਜਿਹੜੇ ਗਰੀਬ ਭਰਾ ਹੈ ਉਹਨਾਂ ਨੂੰ ਮੈਂ ਇਹ ਗੱਲ ਬੇਨਤੀ ਕਰਨੀ ਚਾਹੁੰਦਾ ਵੀ ਜ਼ਰੂਰ ਤੁਸੀਂ ਇਹ 2-2 ਬੂਟੇ ਲਾਓ। ਛੋਟਾ ਜਦੋਂ ਬੂਟਾ 3-4 ਮਹੀਨਾ ਦਾ ਹੁੰਦਾ, ਜੇ ਇਹਨੂੰ ਆਪਾਂ ਖੇਤੀ ਦੇ ਤੌਰ 'ਤੇ ਜਿਵੇਂ ਸਾਊਥ ਦੇ ਵਿੱਚ ਲੋਕ ਕੀ ਕਰਦੇ ਹੈ, ਇਹਨੂੰ ਸਰੋਂ ਵਾਂਗੂ ਬੀਜ ਦਿੰਦੇ ਹੈ ਸੰਘਣਾ ਕਰਕੇ, ਅਤੇ ਜਦੋਂ 3-4 ਮਹੀਨਿਆਂ ਦਾ ਉਹ ਸਾਰਾ ਬੂਟਾ ਪੱਟ ਲੈਂਦੇ ਆ, ਅਤੇ ਥੱਲੇ ਇਹਦੇ ਮੂਲੀ ਹੁੰਦੀ ਹੈ, ਪਹਿਲਾਂ ਮੂਲੀ ਉੱਪਰ ਤਣਾ ਔਰ ਉਹ ਮੂਲੀ ਥੱਲੇ ਤੁਰੀ ਜਾਂਦੀ ਹੈ, ਇਹਦੇ ਆਸੇ ਪਾਸੇ ਜੜ੍ਹਾਂ ਨਹੀਂ ਫੈਲਦੀਆਂ, ਸਿੱਧਾ ਇਹਦੇ ਉਹ ਮੂਲੀ ਹੁੰਦੀ ਹੈ, ਉਹ ਮੂਲੀ ਹੈ ਜਿਹੜੀ ਉਹਦਾ ਅਚਾਰ ਪਾਊਡਰ ਅਤੇ ਸਬਜ਼ੀ, ਉਹਨੂੰ ਉਹ ਮਤਲਬ ਇੰਨੀ ਤਾਕਤਵਰ ਹੈ ਉਹਦੀ ਮੂਲੀ ਵੀ ਤੁਸੀਂ ਉਹਨੂੰ ਕਦੇ ਵੀ ਡਾਊਨਲੋਡ ਕਰਕੇ ਪੜ੍ਹੋ ਕਿੰਨੇ ਉਹਦੇ ਤੱਤ ਹੈ।
ਫਿਰ ਉਹਦੇ ਪੱਤੇ ਆ, ਉਹਦੇ ਫੁੱਲ ਹੈ ਜੀ, ਫੁੱਲਾਂ ਦੀ ਸਬਜ਼ੀ ਆ। ਅਸੀਂ ਜਦੋਂ ਮੈਂ ਰਾਜਸਥਾਨ ਜਾਂਦਾ ਅਸੀਂ ਫੁੱਲਾਂ ਦੀ ਸਬਜ਼ੀ ਬਣਾਉਣੀ, ਜਿਵੇਂ ਆਪਣੀ ਭੁਰਜੀ ਬਣਦੀ ਹੁੰਦੀ ਹੈ, ਤੁਸੀਂ ਸਿੱਧਾ ਉਹਦੀ ਫੁੱਲਾਂ ਦੀ ਸਬਜ਼ੀ ਖਾਓ, ਉਹਦੀ ਫਲੀਆਂ ਬਰੀਕ ਉਹਦੀ ਸਬਜ਼ੀ ਬਣਦੀ ਹੈ। ਜੇ ਸਬਜ਼ੀ ਫਲੀਆਂ ਮੋਟੀਆਂ ਹੋ ਜਾਂਦੀਆਂ ਉਹਦੇ ਬੀਜ ਪੱਕ ਜਾਂਦਾ, ਉਹਦਾ ਬੀਜ ਕੱਢ ਕੇ ਉਹਦਾ ਤੇਲ ਜਿਵੇਂ ਕੋਲੂ ਦੇ ਸਰੋਂ ਕਢਾਉਣੇ ਆ, ਸਿੱਧਾ ਤੇਲ ਕਢਾਓ ਔਰ ਵਰਤੋ। ਖਾਣ ਪੀਣ ਨੂੰ ਸਭ ਤੋਂ ਕਾਮਯਾਬ ਔਰ ਵਧੀਆ ਤੇਲ ਜੈਤੂਨ ਨਾਲੋਂ ਵੀ ਕੀਮਤੀ ਤੇਲ ਆ ਉਹਦਾ, ਕੋਈ ਨਹੀਂ ਕਿਸੇ ਦੇ ਧਿਆਨ 'ਚ। ਜੇ ਆਪਾਂ ਇਹ ਥੋੜ੍ਹੇ ਜਿਹੇ 10 ਦਰੱਖਤ ਕੋਈ ਆਪਾਂ ਆਪਣੇ ਨਰਮੇ ਵਾਲੇ ਖੇਤ ਆ ਫਿਰ ਵੱਟਾਂ 'ਤੇ ਲਾ ਲਾਂਗੇ, ਕਿੰਨਾ ਕੁ ਆਪਣਾ ਨੁਕਸਾਨ ਹੋਜੂ, ਔਰ ਇਹਦੇ ਜੜ੍ਹਾਂ ਤੱਕ ਫਸਲ ਹੋਊਗੀ, ਭੋਰਾ ਵੀ ਫਸਲ ਦਾ ਨੁਕਸਾਨ ਨਹੀਂ ਹੋਊਗਾ ਔਰ ਵੱਧ ਫਸਲ ਹੋਊਗੀ। ਜਿਵੇਂ ਰਾਜਸਥਾਨ 'ਚ ਜੰਡੀ ਇੱਕ ਦਰੱਖਤ ਆ ਆਪਣਾ, ਆਪਣੇ ਜੰਡੀਆਂ ਨੂੰ ਥੋੜ੍ਹੀਆਂ ਜਿਹੀਆਂ ਪਤਾ ਨਹੀਂ ਕਿਉਂ ਇਹਦੀ ਵਰਾਇਟੀ ਹੋ ਰਹੀ, ਫਲੀਆਂ ਨਹੀਂ ਆਉਂਦੀਆਂ, ਉੱਥੇ ਅਸੀਂ ਇਹਨੂੰ ਉਹ ਸਾਂਗਰੀ ਕਹਿ ਦਿੰਦੇ ਹਾਂ, ਸਭ ਤੋਂ ਵਧੀਆ ਸਬਜ਼ੀ ਗਿਣਦੇ ਆ ਉਹ, ਫਲੀਆਂ ਵੀ ਹੈ ਔਰ ਇਹਦੇ ਜੜ੍ਹ ਤੱਕ ਜੰਡੀ ਦੇ ਜਿਹੜੇ ਮਤਲਬ ਫਸਲ ਹੋਊਗੀ, ਫਸਲ ਨੁਕਸਾਨ ਨਹੀਂ ਕਰਦੀ, ਕਿੱਕਰਾਂ ਨੂੰ ਜਾਂ ਟਾਹਲੀਆਂ ਨੂੰ ਨੁਕਸਾਨ ਨਹੀਂ ਹੁੰਦਾ, ਉਵੇਂ ਸਮਝਣਾ। ਮੈਂ ਇਹ ਬੇਨਤੀ ਕਰਦਾ ਵੀ, ਔਰ ਇੱਕ ਗੱਲ ਹੋਰ ਵੇਖੋ, ਜੋ ਇਹਦੇ ਪੱਤੇ ਹੈ 300 ਬਿਮਾਰੀ ਦਾ ਇਲਾਜ ਕਰਦਾ ਇਹ, 300 ਬਿਮਾਰੀ ਦਾ ਇਲਾਜ ਇਕੱਲੇ ਪੱਤੇ ਸੁਹਾਜਣਾ। ਮੈਂ ਤੁਹਾਨੂੰ ਆਪਦੇ ਤਜਰਬੇ ਦੱਸਦਾ, ਜਿਵੇਂ ਮੇਰੇ ਪੱਥਰੀਆਂ ਦੀ ਮਾੜੀ ਮੋਟੀ ਕੋਈ ਜਿਵੇਂ ਬਰੀਕ ਰੇਤਾ ਹੁੰਦਾ, ਇਸ ਤਰ੍ਹਾਂ ਦੀ ਸ਼ਿਕਾਇਤ ਹੋ ਜਾਂਦੀ ਸੀ ਮੈਨੂੰ, ਅਤੇ ਮੈਂ 15-20 ਦਿਨ ਲਗਾਤਾਰ ਲੈਣਾ ਇਹ ਛੱਡਦਾ ਨਹੀਂ, ਸਾਰਾ ਰੁਕ ਬਾਹਰ ਮਾਰਦਾ ਪਿਆ। ਮਾਤਾ ਜੀ ਉਹਨਾਂ ਨੂੰ ਸ਼ੂਗਰ ਹੈ, ਸ਼ੂਗਰ ਵਾਲੇ ਬੰਦੇ ਨੂੰ ਆਪਾਂ ਨੂੰ ਪਤਾ ਵੀ ਉਹਨੂੰ ਕਮਜ਼ੋਰੀ ਆਉਂਦੀ ਹੈ, ਸਰੀਰਕ ਕਮਜ਼ੋਰੀ ਆਉਂਦੀ ਹੈ, ਉਹਨਾਂ ਨੂੰ ਲਗਾਤਾਰ ਗੋਲੀ ਲੈਂਦੇ ਆ, ਜਿੱਦਣ ਹੱਥ ਕੋਲ ਨਾ ਲੈਣ ਉਹਦੇ ਨਾਲ ਪੈਰ ਟੁੱਟਦੇ ਹੁੰਦੇ ਆ ਉਹਨਾਂ ਦੇ, ਉਹਨਾਂ ਨਾਲ ਦੀ ਨਾਲ ਉਹਨੂੰ ਯਾਦ ਆ ਜਾਂਦਾ ਮੈਂ ਗੋਲੀ ਨਹੀਂ ਲਈ, ਇੱਕ ਅੱਧੇ ਦਿਨ ਦੇ ਵਿੱਚ ਹੀ ਉਹਨਾਂ ਨੂੰ, ਕਦੇ ਉਹਨਾਂ ਨੂੰ ਕੋਈ ਸਮੱਸਿਆ ਨਹੀਂ। ਸ਼ੂਗਰ ਇਹ 20 ਪੈਸੇ ਡਾਊਨ ਕਰਦਾ ਹੈ, ਇਹਦੀਆਂ ਯੂਨੀਵਰਸਿਟੀ ਦੀਆਂ ਜਿਹੜੀਆਂ ਅਮੈਰੀਕਾ ਦੀ ਯੂਨੀਵਰਸਿਟੀ ਦੀਆਂ ਸਾਰੀਆਂ ਲਿਸਟਾਂ ਬਣੀਆਂ ਪਈਆਂ ਵੀ ਕਿਹੜੀ ਬਿਮਾਰੀ 'ਤੇ ਕਿੰਨਾ ਅਸਰ ਕਰਦਾ ਹੈ। ਜਿਹੜਾ ਕੋਲੈਸਟਰੋਲ ਹੈ 50-52% ਡਾਊਨ ਕਰਦਾ ਹੈ, ਜਿਹੜਾ ਤੁਸੀਂ ਵੇਖੋ ਵੀ ਤੁਹਾਡੇ ਅੱਖਾਂ 'ਤੇ ਇਹ ਅਸਰ ਪਾਉਂਦਾ, ਅੱਖਾਂ ਦੀ ਰੋਸ਼ਨੀ ਨਹੀਂ ਘਟਣ ਦਿੰਦਾ, ਠੀਕ ਹੈ। ਜਿਹੜੇ ਦਿਮਾਗੀ ਤੌਰ 'ਤੇ ਬੰਦੇ ਵੀ ਜਿਹੜੇ ਨਹੀਂ ਠੀਕ ਹੁੰਦੇ ਉਹਨਾਂ 'ਤੇ ਇਹ ਅਸਰ ਕਰਦਾ, ਉਹ ਉਹਨਾਂ ਦਾ ਠੀਕ ਕਰਦਾ, ਹਰ ਬਿਮਾਰੀ 'ਤੇ ਇਹਦਾ ਅਸਰ ਹੈ। ਸੋ ਮੈਂ ਬੇਨਤੀ ਕਰਦਾ ਵੀ ਇਹਦੇ ਪੱਤੇ ਤੋੜਨੇ ਆ ਅਤੇ ਖਾਣੇ ਕੋਈ ਬਾਹਲਾ ਔਖਾ ਕੰਮ ਨਹੀਂ ਆ, ਅਤੇ ਇਹ ਜੇ ਕੋਈ ਬੂਟਾ ਹੈ ਕਿ ਦੋ ਚਾਹੀਦੇ ਹੋਏ, ਇੰਨੇ ਕੁ ਮੈਂ ਉਪਲਬਧ ਕਰਾਉਣਾ, ਅਸੀਂ ਫ੍ਰੀ ਬਣਦੇ ਹਾਂ, ਮੈਂ ਘਰ ਆਪਦੇ ਪੈਦੇ ਕਰਦਾ, ਉਹਨਾਂ ਨੂੰ ਵਿਚਾਰਿਆਂ ਨੂੰ ਪੈਸੇ ਦਿੰਦਾ ਜਿਹੜੇ ਆਪਣੇ ਡਰਾਈਵਰ ਹੈ ਜਾਂ ਆਪਣੇ ਸਿਰੀ ਹੈ, ਫਿਰ ਮੈਂ ਇਹਦਾ ਕਰੇਟ ਰੱਖ ਕੇ ਲਿਜਾਂਦਾ ਬਠਿੰਡੇ ਜਾ ਕੇ ਗੁਰਦੁਆਰਾ ਸਾਹਿਬ 'ਚ ਵੰਡ ਕੇ ਆਉਣਾ, ਜਿਹੜੇ ਜਿੰਮ ਜਾਂਦਾ ਸਵੇਰੇ ਉੱਥੇ ਕਰੇਟ ਲੈ ਕੇ ਜਾਂਦਾ, ਸਵੇਰੇ ਉੱਥੇ ਫ੍ਰੀ ਬਣਦਾ, ਠੀਕ ਹੈ ਜੀ। ਤੁਹਾਨੂੰ ਕਿਸੇ ਨੂੰ ਬੂਟੇ ਚਾਹੀਦੇ, ਹੁਣ ਮੇਰੇ ਕੋਲ 100-200 ਬੂਟਾ ਤਿਆਰ ਹੈ, ਤੁਸੀਂ 2-2 ਬੂਟੇ ਲੈ ਲਓ ਆਪਦੇ ਘਰ ਲਾ ਲਓ। ਸੋ ਇਹ ਬੇਨਤੀਆਂ ਕਰਦਾ, ਮੈਂ ਜ਼ਿਆਦਾ ਟਾਈਮ ਨਹੀਂ ਲੈਣਾ, ਕਹਿਣ ਨੂੰ ਬਹੁਤ ਕੁਛ ਹੈ ਪਰ ਆਪਾਂ ਆਪਦੀ ਪੀੜ੍ਹੀ ਥੱਲੇ ਸੁੱਟਾਂ ਮਾਰੀਏ, ਨੁਕਸ ਆਪਣੇ ਜ਼ਿਆਦਾ, ਔਰ ਜਿਹੜੀਆਂ ਗੱਲਾਂ ਆਪਾਂ ਕਰਦੇ ਹਾਂ